ਏਜੰਸੀਆਂ ਪਤਾ ਕੀ ਕਹਿੰਦੀਆਂ, ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ, ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਤੇ ਤਾਂ ਮੈਨੂੰ ਕੰਮ ਕਰਨਾ ਪਿਆ, ਪਰਚੇ ਤੁਸੀਂ ਕੀਤੇ ਸਾਡੀ ਟਰ ਚੈੱਕ ਕਰਦੇ ਜੋ ਤੁਸੀਂ, ਮੈਂ ਕਹਿੰਦਾ ਮੈਂ ਮਰਨ ਨੂੰ ਨੀ ਡਰਦਾ, ਜੇ ਕਹਿੰਦੇ ਜੁਰ ਤੇ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ ਕਰਦੇ ਆਪਣੇ ਆਰਾਮ ਨਾਲ ਜਿਹੜੀ ਹਰੀਰ ਚੱਲਦੀ ਉਧਰ ਚੱਲੀ ਇੱਕ ਗੱਲ ਮੈਨੂੰ ਦੱਸੋ, ਤੁਹਾਡੇ ਬੱਚੇ ਨਸ਼ਿਆਂ ਚ ਲੱਗ ਗਏ ਹੈ, ਮੈਂ ਗਲਤ ਕੀ ਕੀਤਾ? ਤੁਹਾਡੇ ਬੱਚਿਆਂ ਨੂੰ ਨਸ਼ਾ ਚੜਾ ਰਿਹਾ, ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ, ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ, ਤੁਹਾਡਾ ਕੰਮ ਅਸੀਂ ਕਰੀਏ, ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ? ਹੈ ਤੁਸੀਂ ਮੈਨੂੰ ਦੱਸੋ, ਬੰਦੇ ਨੂੰ ਹੱਥ ਲਾਇਆ, ਆ ਮੈਨੂੰ ਲਾਓ ਹੱਥ, ਆਇਆ ਮੈਂ ਥਾਣੇ 'ਚ, ਕਰੋ ਅਰੈਸਟ ਜਿਹਨੇ ਕਰਨਾ। ਜਿਸ ਬੰਦੇ ਨੇ ਮੇਰੇ ਖਿਲਾਫ਼ ਕੰਪਲੇਨ ਕੀਤੀ ਹੈ, ਮੈਂਟਲੀ ਅਪਸੈਟ ਪੀਜੀਆਈ ਚੋਂ ਇਲਾਜ ਚੱਲਦਾ ਉਹਦਾ, ਹੈ ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਉੱਤੇ ਕਿੱਦਾਂ ਬਰਚੰਦਰ ਦੇ ਕਰਦੇ? ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ, ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ? ਡੀਐਸਪੀ ਮਨਮੀਤ, ਤੁਹਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚੋਂ ਲਿਜਾਉਣਾ ਚਾਹੀਦਾ? ਤੁਹਾਨੂੰ ਕੋਈ ਜਾਣਕਾਰੀ, ਕੋਈ ਜਾਂਚ? ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ, ਤੁਸੀਂ ਕਿਹਾ ਫੋਨ ਐਕਟਿਵ ਆ, ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ? ਭਾਈ ਮੇਰੇ ਕੋਲ ਤੇ ਫੋਨ ਹੀ ਹੈ ਨਹੀਂ, ਤੁਸੀਂ ਕਿਹੜਾ ਕਿਹਾ ਤਾਂ ਮੇਰਾ ਫੋਨ ਐਕਟਿਵ ਹੈ? ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ, ਕੋਈ ਉਹਦੇ ਕੁਛ ਨਹੀਂ ਹੋਇਆ, ਜੇ 35 ਜਾਣਿਆਂ ਨੇ ਉਹਨੂੰ 3 ਘੰਟੇ ਕੁੱਟਿਆ ਹੁੰਦਾ, ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ? ਆਪ ਬਸੇ ਚੜ ਕੇ ਜਾਂਦਾ? ਤੇ ਸਾਡੇ ਕੋਲ ਮੌਜੂਦ ਹੈ ਸਬੂਤ, ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਣ ਰੱਖ ਲਿਆ ਬੰਦਾ।